ਆ ਸ੍ਰੀਕਾਲ ਸਾਰਿਆਂ ਨੂੰ ਕੀ ਹਾਲ ਚਾਲ ਆਸ ਕਰਦੇ ਹਾਂ ਸਾਰੇ ਮੇਰੇ ਵੀ ਠੀਕ ਠਾਕ ਹੋਵਗੇ ਪ੍ਰਮਾਤਮਾ ਚੜ੍ਹਦੀ ਕਾਜ ਰੱਖੇ ਸਾਰਿਆਂ ਨੂੰ ਸਾਰਿਆਂ ਦੀਆਂ ਮਨੋ ਕਾਮਨਾ ਪੂਰਨ ਹੋਣ ਤੇ 17 ਫਰਵਰੀ 2024 ਦਿਨ ਹੋ ਗਿਆ ਸ਼ਨੀਵਾਰ ਦਿਚਾ ਸੈਤ ਤੇ ਫਿਬਰਾਈ 2024 ਜਰਨਾਤਾ ਸਾਬਾਤੋ ਆਜਾ ਤੁਹਾਡੇ ਵਾਸਤੇ ਲੈ ਕੇ ਅਪਡੇਟ ਜਾਣਕਾਰੀ ਜਾਣਕਾਰੀ ਤੁਹਾਡੇ ਕੰਮ ਦੀ ਤੇ ਅਪਡੇਟ ਤੁਹਾਡੇ ਕੰਮ ਦੀ ਤੇ ਨੂਲੇ ਹੋਸਤਿਆਂ ਦੀ ਨੂਲੇ ਹੋਸਤਿਆਂ ਦੀ ਵੀ ਜਾਣਕਾਰੀ ਦੇਵਾਂਗੇ ਥੋੜੀ ਜੀ ਹਨਾ ਵੀ ਕੀ ਹੋ ਰਿਹਾ ਕਿੱਥੇ ਜੇ ਖੜਿਆ ਕੰਮ ਤੇ ਉਸ ਤੋਂ ਪਹਿਲਾਂ ਦੂਸਰੀ ਜਾਣਕਾਰੀ ਸਚਾਈ ਕੀ ਹੈ ਪੇਪਰ ਜਮਾ ਕਿਉਂ ਨਹੀਂ ਹੁੰਦੇ ਏਜੰਟ ਕਿੱਟਾਂ ਜਮਾ ਕਿਉਂ ਨਹੀਂ ਕਰਾਉਂਦੇ ਪੁਰਤਗਾਲ ਕਿਵੇਂ ਜਾਇਆ ਜਾਂਦਾ ਤੇ ਬਹੁਤ ਤਰ੍ਹਾਂ ਦੀ ਜਾਣਕਾਰੀ ਆ ਸਭ ਤੋਂ ਪਹਿਲਾਂ ਦੋਸਤੋ ਜਿਹੜੇ ਮੇਰੇ ਵੀਰ ਆਪਾਂ ਨੂੰ ਕਮੈਂਟ ਕਰਦੇ ਆ ਮੈਸੇਜ ਕਰਦੇ ਆ ਪਹਿਲਾਂ ਤਾਂ ਸੌਰੀ ਆ ਸਾਰਿਆਂ ਨੂੰ ਸੌਰੀ ਮੰਗਦਾ ਹਨ ਜਿਹੜੇ ਮੇਰੇ ਵੀਰ ਕਮੈਂਟ ਕਰਦੇ ਆ ਤੁਹਾਨੂੰ ਪਤਾ ਹੀ ਹੋਣਾ ਵੀ ਕਦੇ ਕਮੈਂਟ ਦਾ ਜਵਾਬ ਨਹੀਂ ਦਿੱਤਾ ਜਾਂਦਾ ਮੈਸੇਜਾਂ ਦਾ ਜਵਾਬ ਨਹੀਂ ਦਿੱਤਾ ਜਾਂਦਾ WhatsApp ਤੇ ਮੈਸੇਜ ਆਉਂਦੇ ਨਹੀਂ ਜਵਾਬ ਦਿੱਤਾ ਜਾਂਦਾ ਕਿਉਂਕਿ ਮੈਨੂੰ ਹਰ ਰੋਜ਼ ਇੰਨੇ ਆਪਣੇ ਫੈਨ ਫੋਲੋਅਰ ਹੈਗੇ ਆ ਪ੍ਰਮਾਤਮਾ ਦੀ ਕਿਰਪਾ ਨਾਲ ਸਾਰੇ ਮੇਰੇ ਵੀਰ ਆਪਾਂ ਨੂੰ ਚਾਹਣ ਲਿਆ ਸਾਰਿਆਂ ਨੇ ਗੱਲਬਾਤ ਆਪਣੇ ਨਾਲ ਕਰਨੀ ਹੁੰਦੀ ਆ ਹਨਾ ਕੋਈ ਨਾ ਕੋਈ ਗੱਲ ਸਾਂਝੀ ਕਰਨੀ ਹੁੰਦੀ ਭਈ ਪਰ ਸਾਰਿਆਂ ਦੇ ਜਵਾਬ ਨਹੀਂ ਦਿੱਤੇ ਜਾਂਦੇ ਕਿ ਇਸ ਕਰਕੇ ਇਹ ਮੈਂ ਉਹਨਾਂ ਬੰਦਿਆਂ ਦੇ ਹੀ ਉਹਨਾਂ ਵੀਰਾਂ ਦੇ ਜਵਾਬ ਦੇਣਾ ਜਿਨ੍ਹਾਂ ਦੇ ਮੇਰੇ ਕੋਲ ਨੰਬਰ ਸੇਵ ਹੈਗੇ ਆ ਹਨਾ ਤੇ ਜਿਨ੍ਹਾਂ ਦੇ ਨਹੀਂ ਦਿੱਤੇ ਜਾਂਦੇ ਉਹਨਾਂ ਦਾ ਟਾਈਮ ਟਾਈਮ ਕੱਢ ਕੇ ਮੈਂ ਜਵਾਬ ਦੇਣਾ ਪਤਾ ਚਾਰਾਂ ਦਿਨਾਂ ਬਾਅਦ ਵੀ ਜਵਾਬ ਦੇਵਾਂ ਮੈਸੇਜ ਦਾ ਜਵਾਬ ਦਿੱਤਾ ਜਾਂਦਾ ਤੇ ਮੈਂ ਇਹ ਦੱਸਦਾ ਕਿਈ ਵਾਰ ਵੀ ਕਿਹੜੇ ਦਿੰਦੇ ਆ ਆਪਦੀਆਂ ਛੱਡੀ ਜਾਂਦਾ ਪਹਿਲਾਂ ਮੈਂ ਇਸ ਕਰਕੇ ਨਹੀਂ ਜਵਾਬ ਦਿੱਤੇ ਜਾਂਦੇ ਤੇ 2:30 5:30 ਵਜੇ ਉੱਠ ਕੇ ਸਵੇਰੇ ਕੰਮ ਤੇ ਚੱਲ ਜਾਂਦਾ ਹਨਾ 12:30 ਵਜੇ ਘਰੇ ਆਵਾਂ ਰੋਟੀ ਖਾਣ ਤੇ 2:30 ਵਜੇ ਫਿਰ ਕੰਮ ਤੇ ਲੱਗੀਦਾ ਤੇ 7 ਵਜੇ ਕੰਮ ਛੱਡੀਦਾ 7 ਵਜੇ ਆ ਕੇ 7 ਤੋਂ 11 ਵਜੇ ਤੱਕ ਮੈਂ ਵੀਡੀਓ ਅਪਲੋਡ ਕਰਨੀ ਹੁੰਦੀ ਆ ਅਪਡੇਟ ਕੱਠੀ ਕਰਨੀ ਹੁੰਦੀ ਆ ਹਨਾ ਤੇ ਇਸ ਕਰਕੇ ਜਿਹੜੀ ਵੀ ਕੋਈ ਅ ਵਿੱਚ ਟਾਈਮ ਲੱਗਦਾ 10 15 ਮਿੰਟ ਦਾ ਕੰਮ ਦੇ ਦੌਰਾਨ ਮੈਂ ਫੇਸਬੁੱਕ ਤੇ ਰੀਲ ਵਗੈਰਾ ਵੀ ਤੁਹਾਨੂੰ ਪਤਾ ਛੱਡਣੀ ਹੁੰਦੀ ਆ ਇਸ ਕਰਕੇ ਨਹੀਂ ਟਾਈਮ ਲੱਗਦਾ ਸੋ ਸੌਰੀ ਆ ਚੱਲਦੇ ਆ ਸਾਈ ਪ੍ਰੈਸ ਤੋਂ ਇਟਲੀ ਸਾਈ ਪ੍ਰੈਸ ਤੋਂ ਇਟਲੀ ਮਤਲਬ ਕਿਵੇਂ ਆਇਆ ਜਾ ਸਕਦਾ ਸਾਈਪ੍ਰਸ ਤੋਂ ਇਟਲੀ ਪਹਿਲਾ ਕਮੈਂਟ ਸੀਗਾ ਇੱਕ ਵੀਰ ਦਾ ਪਤਾ ਨਹੀਂ ਭੈਣ ਦਾ ਵੀ ਸਾਈਪ੍ਰਸ ਤੋਂ ਇਟਲੀ ਤੁਸੀਂ ਇਟਲੀ ਦੇ ਪੇਪਰ ਭਰਾ ਕੇ ਹੀ ਸਾਈਪ੍ਰਸ ਤੋਂ ਇਟਲੀ ਲੀਗਲ ਤਰੀਕੇ ਨਾਲ ਜਿਹੜਾ ਆ ਸਕਦੇ ਆ ਇਟਲੀ ਦੇ ਪੇਪਰ ਭਰਾਓ ਪੇਪਰ ਨਿਕਲਿਆਉਂਦੇ ਆ ਸਾਈਪ੍ਰਸ ਤੋਂ ਇੰਡੀਆ ਜਾਓ ਤੇ ਇੰਡੀਆ ਤੋਂ ਅੰਬੈਸੀ ਤੋਂ ਵੀਜ਼ਾ ਲਵਾ ਕੇ ਲੀਗਲ ਤਰੀਕੇ ਨਾਲ ਇਟਲੀ ਦੇ ਵਿੱਚ ਆਓ ਬਾਕੀ ਇਲੈਗਲ ਤਰੀਕਿਆਂ ਦਾ ਆਪਾਂ ਨੂੰ ਪਤਾ ਨਹੀਂਗਾ ਉਹਨਾਂ ਦੀ ਆਪਣੇ ਕੋਲੇ ਨੌਲੇਜ ਹੈ ਨਹੀਂਗੀ ਵੀਰ ਦਾ ਕਮੈਂਟ ਸੀਗਾ ਇਟਲੀ ਦੇ ਵਿੱਚ ਰਹਿੰਦਾ ਵਿੱਸ ਦਿਨੋਂ ਖਤਮ ਤੇ ਜਮ੍ਹਾਂ ਕਰਾਈ ਵੀ ਆ ਰੀਨਿਊ ਕਰਾਉਣ ਵਾਸਤੇ ਰਿਸ਼ੀਬੂਤਾ ਹੈਗਾ ਰਸੀਦ ਹੈਗੀ ਆ ਵੀ ਇਟਲੀ ਦੇ ਜਿਹੜੇ ਗਵਾਂਡੀ ਮੌਕਾ ਉਹਨਾਂ ਦੇ ਵਿੱਚ ਘੁੰਮਣ ਫਿਰਨ ਜਾ ਸਕਦੇ ਨੇ ਟਰੈਵਲ ਕਰ ਸਕਦੇ ਆ ਜਰੂਰ ਕਰ ਸਕਦੇ ਆ ਕੋਈ ਚੱਕਰ ਨਹੀਂ ਤੁਹਾਨੂੰ ਸਜੋਰ ਤੋਂ ਦੀ ਘੱਟ ਲੋੜ ਪੈਣੀ ਆ ਤੁਹਾਡੇ ਕੋਲੇ ਕੱਲਾ ਤੇ ਕੱਲਾ ਇਟਲੀ ਦਾ ਡਾਕੂਮੈਂਟ ਹੋਣਾ ਚਾਹੀਦਾ ਜਿਵੇਂ ਕਾਰਤੋ ਦੇਂਟੀ ਦਾ ਹੋ ਗਿਆ ਕੋਈ ਫਿਸਕਾਲੇ ਹੋ ਗਿਆ ਜਾਂ ਜੇ ਬਾਈ 에ਅਰ ਸਫਰ ਕਰਨਾ ਚਾਹੀਦਾ ਕਰਨਾ ਤਾਂ ਤੁਹਾਡੇ ਕੋਲੇ ਪਾਸਪੋਰਟ ਹੋਣਾ ਚਾਹੀਦਾ ਬਸ ਤੇ ਇੱਥੇ ਇਟਲੀ ਦੇ ਵਿੱਚ ਇਟਲੀ ਦੇ ਇਟਲੀ ਸੌਰੀ ਪੂਰੇ ਯੂਰਪ ਦੇ ਵਿੱਚ ਸਫਰ ਕਰਨ ਵਾਸਤੇ ਤੁਹਾਨੂੰ ਕਿਤੇ ਇਮੀਗ੍ਰੇਸ਼ਨ ਚ ਚੈੱਕ ਨਹੀਂ ਹੋਣੀਗੀ ਭਾ ਬਾਈ 에ਅਰ ਜਾਓ ਤੇ ਭਾ ਬਾਈ ਬੱਸ ਜਾਓ ਭਾ ਬਾਈ ਟ੍ਰੇਨ ਜਾਓ ਹਾਂ ਉੱਥੇ ਕਿਸੇ ਕੰਟਰੀ ਦੇ ਵਿੱਚ ਤੁਹਾਨੂੰ ਕਿਸੇ ਨੇ ਚੈੱਕ ਕਰ ਲਿਆ ਫਿਰ ਜ਼ਰੂਰ ਡਾਕੂਮੈਂਟ ਪੁੱਛ ਸਕਦੇ ਆ ਤੇ ਇਸ ਵਾਸਤੇ ਕੋਈ ਨਾ ਕੋਈ ਡਾਕੂਮੈਂਟ ਤੁਹਾਡੇ ਕੋਲੇ ਇਟਾਲੀਅਨ ਹੋਣਾ ਜ਼ਰੂਰੀ ਹੈ ਅਪਾਇੰਟਮੈਂਟਾਂ ਦੀ ਅਪਡੇਟ ਅਪਾਇੰਟਮੈਂਟਾਂ ਦੀ ਜਿਹੜੀ ਅਪਡੇਟ ਆ ਬ੍ਰੇਕਿੰਗ ਅਪਡੇਟ ਇਹ ਆ ਰਹੀ ਆ ਵੀ ਅਪਾਇੰਟਮੈਂਟਾਂ ਦਾ ਜਿਹੜਾ ਸਲੋਟ ਖੁੱਲੂਗਾ ਅਪ੍ਰੈਲ ਦਾ ਸਲੋਟ ਖੁੱਲੂਗਾ ਮਾਰਚ ਲਾਸਟ ਜਾਂ ਅਪ੍ਰੈਲ ਜਦੋਂ ਵੀ ਖੁੱਲਿਆ ਅਪ੍ਰੈਲ ਦੀਆਂ ਅਪਾਇੰਟਮੈਂਟਾਂ ਖੁੱਲਣਗੀਆਂ ਤੇ ਕਿਸੇ ਵੇਲੇ ਵੀ ਖੁੱਲ ਸਕਦਾ ਇਹ ਇਹਦੀ ਕੋਈ ਪੱਕੀ ਜਾਣਕਾਰੀ ਨਹੀਂ ਤੇ ਮਾਰਚ ਲਾਸਟ ਤੇ ਅਪ੍ਰੈਲ ਮਈ ਉਦੋਂ ਦਾ ਤਰੀਕਾ ਮੈ ਲੀ ਗਏ ਤੁਹਾਨੂੰ ਤੇ ਜਦੋਂ ਵੀ ਅਪਾਇੰਟਮੈਂਟ ਦਾ स्लॉट ਓਪਨ ਹੋਇਆ ਫਿਲਹਾਲ स्लॉट ਬੰਦ ਆ ਰਹੇ ਆ ਜੇ ਕਿਸੇ ਮੇਰੇ ਵੀਰ ਨੇ ਕਿਸੇ ਤੋਂ ਵੀ ਅਪਾਇੰਟਮੈਂਟ ਚਕਾਉਣੀ ਹੈ ਕਿਸੇ ਇੱਕ ਨੂੰ ਹੀ ਪਾਸਪੋਰਟ ਦੀ ਕਾਪੀ ਦਿਓ ਭਾ ਪਾ ਚੋਹਾਨ ਵੀਰ ਨੂੰ ਦੇ ਦਿਓ ਕਈ ਮੇਰੇ ਵੀਰ ਕਹਿੰਦੇ ਚੋਹਾਨ ਵੀਰ ਫੋਨ ਨਹੀਂ ਚੱਕਦਾ ਉਹ ਐਨੇ ਪੈਸੇ ਮੰਗਦਾ ਉਹ ਦੋਸਤੋ ਤੁਹਾਡੀ ਗੱਲ ਕਰਨ ਦਿੱਤੇ ਆ ਜੇਕਰ ਠੀਕ ਆ ਜੇਕਰ ਤੁਹਾਨੂੰ ਸਹੀ ਵੰਦਾ ਤਾਂ ਉਹ ਤੋਂ ਅਪਾਇੰਟਮੈਂਟ ਚੱਕੋ ਜ਼ਰੂਰੀ ਨਹੀਂ ਵੀ ਉਹ ਤੋਂ ਹੀ ਚੱਕਣੀ ਆ ਤੁਸੀਂ ਤੁਸੀਂ ਕਿਸੇ ਹੋਰ ਨਾਲ ਵੀ ਟਾਈ ਅਪ ਕਰ ਸਕਦੇ ਆ ਹਨਾ ਤੇ ਇੱਕ ਨੂੰ ਹੀ ਕਾਪੀ ਦਿਓ ਕਿਉਂਕਿ ਏ ਇਹ ਨਹੀਂ ਵੀ ਅੱਜ ਕਾਪੀ ਦਿੱਤੀ ਤੇ ਕੱਲ ਨੂੰ ਅਪਾਇੰਟਮੈਂਟ ਮਿਲ ਜੂ ਨਹੀਂ ਅਪਾਇੰਟਮੈਂਟ ਆ ਉਹਦੇ ਹੀ ਮਿਲਣੀਆਂ ਜਦੋਂ स्लॉट ਓਪਨ ਹੋਏ ਸੋ ਮੈਂ ਆਪਦੇ ਭਰੋਸੇ ਵਾਲੇ ਬੰਦੇ ਦਾ ਨੰਬਰ ਦਿੰਦਾ ਹਾਂ ਉਹਨਾਂ ਚੋਹਾਨ ਉਹ ਵੀਰ ਦਾ ਕਿਉਂਕਿ ਮੈਂ ਆਪਦੀਆਂ ਅਪਾਇੰਟਮੈਂਟਾਂ ਸਾਰੀਆਂ ਉਹਦੇ ਤੋਂ ਕਰਵਾਉਣਾ ਹੁੰਦਾ ਤੇ ਬਾਕੀ ਜਿਹੜੀ ਪੇਮੈਂਟ ਦੀ ਗੱਲ ਆ ਉਹ ਤੁਹਾਡੀ ਤੇ ਅਗਲੇ ਦੀ ਗੱਲ ਆ ਵੀ ਕਿੰਨੀ ਕਿ ਲੈਂਦਾ ਆਲਾ ਕਿੰਨੀ ਨਹੀਂ ਹੈ ਨਾ ਤੇ ਉਹਨੂੰ ਚੋਹਾਨ ਨੂੰ ਇਕੱਲਾ ਵਟਸਐਪ ਤੇ ਮੈਸੇਜ ਛੱਡ ਦਿਓ ਕਿਉਂਕਿ ਉਹਦੇ ਵੀ ਵਿਆਹ ਦੇ ਦਿਨ ਨੇੜੇ ਆਏ ਵੇ ਆ ਮੈਰਜ ਆ ਉਹਦੀ ਵੀ ਤੇ ਇਸ ਤੋਂ ਨਪਤਾ ਹੀ ਵਿਆਹ ਦੇ ਨਾਂ ਦੇ ਵਿੱਚ ਕੀ ਹੁੰਦਾ ਜੀ ਜੇ ਆਪ ਦੀ ਆਪ ਦਾ ਹੀ ਵਿਆਹ ਕਰਾਇਆ ਹੋਵੇ ਸੋ WhatsApp ਤੇ ਮੈਸੇਜ ਛੱਡ ਦਿਓ ਤੁਹਾਡਾ ਕੰਮ ਅਪਾਇੰਟਮੈਂਟ ਦਾ ਜਰੂਰ ਹੋ ਜੂਗਾ ਅੱਛਾ ਕੱਲ ਮੈਂ ਇੱਕ ਵੀਡੀਓ ਦੇ ਵਿੱਚ ਕਿਹਾ ਸੀਗਾ ਬਈ ਆਊਟ ਆਫ ਕੰਟਰੀ ਕੰਮ ਕਰਵਾ ਲਓ ਜਿਹੜਾ ਕਰਾਉਣਾ ਸਰਨੇਮ ਦਾ ਤੇ ਜਾਂ ਕੋਈ ਵੀ ਪਾਸਪੋਰਟ ਦੇ ਚੇਂਜ ਕਰਾਉਣੀ ਆ ਜੇਕਰ ਆਊਟ ਆਫ ਕੰਟਰੀ ਕਰਵਾਉਂਗੇ ਤਾਂ ਬਹੁਤ ਛੇਤੀ ਹੋ ਜਾਂਦਾ ਇਹਦਾ ਤੁਸੀਂ ਕਮੈਂਟ ਆਪਣੀ ਪਿਛਲੀ ਵੀਡੀਓ ਦੇ ਵਿੱਚ ਪੜ ਸਕਦੇ ਆ ਦਬਾਈ ਤੋਂ ਇੱਕ ਵੀਰ ਨੇ ਕਮੈਂਟ ਕੀਤਾ ਜੱਸ ਸਿੱਧੂ ਵੀਰ ਨੇ ਕਈ ਮੇਰੇ ਵੀਰਾਂ ਨੂੰ ਯਕੀਨ ਨਹੀਂ ਆਉਂਦਾ ਤੁਸੀਂ ਕਮੈਂਟ ਪੜ੍ਹ ਲਓ ਓਏ ਵੀਰ ਨੇ ਕਮੈਂਟ ਕੀਤਾ ਵੀ 2 ਦਿਨਾਂ ਦੇ ਵਿੱਚ ਸਰਨੇਮ ਵੀ ਚੇਂਜ ਕਰਵਾ ਲਿਆ ਪਾਸਪੋਰਟ ਤੇ ਸਰਨੇਮ ਵੀ ਲਵਾ ਲਿਆ ਪਲੱਸ ਵਾਈਫ ਦਾ ਨਾਮ ਵੀ ਪਾਸਪੋਰਟ ਤੇ ਝੜਵਾ ਲਿਆ ਦੁਬਈ ਤੋਂ ਕੋਈ ਅਖਬਾਰ ਦੇ ਵਿੱਚ ਕਢਾਉਣੀ ਲੋੜ ਨਹੀਂ ਪਈ ਕੋਈ ਮੈਰਿਜ ਸਰਟੀਫਿਕੇਟ ਦੀ ਲੋੜ ਨਹੀਂ ਪਈ 2 ਦਿਨਾਂ ਦੇ ਵਿੱਚ ਪਾਸਪੋਰਟ ਦਾ 2 ਅੱਜ ਮੰਨ ਲਓ ਅੱਜ ਅਪਲਾਈ ਕੀਤਾ ਪਰਸੋਂ ਉਹਨਾਂ ਨੇ ਅ ਅਪਡੇਟ ਕਰਕੇ ਪਾਸਪੋਰਟ ਵਾਸਤੇ ਦਾ ਦੋ ਦਿਨਾਂ ਦੇ ਵਿੱਚ ਦੁਬਈ ਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਆਊਟ ਆਫ ਕੰਟਰੀ ਹੈਗੇ ਆ ਤਾਂ ਤੁਸੀਂ ਪਾਸਪੋਰਟ ਤੇ ਸਰਨੇਮ ਵਗੈਰਾ ਜ਼ਰੂਰ ਚੇਂਜ ਕਰਾ ਲਓ ਕਿਉਂਕਿ ਇੰਡੀਆ ਦੇ ਵਿੱਚ ਜੇ ਤੁਸੀਂ ਇਹ ਚੱਕਰ ਦੇ ਵਿੱਚ ਪੈ ਗਏ ਤੇ ਤੁਹਾਨੂੰ ਮੈਂ ਦੱਸਿਆ ਵੀ ਸਿਸਟਮ ਇੰਡੀਆ ਦਾ ਕੀ ਕਹਿੰਦਾ ਉਹ ਤੁਸੀਂ ਸਾਰੇ ਜਾਣੀ ਜਾਣਾ ਇਹ ਕੋਈ ਦੱਸਣ ਦੀ ਲੋੜ ਨਹੀਂ ਅੱਗੇ ਸਚਾਈ ਇੱਕ ਹੋਰ ਸਚਾਈ ਤੁਹਾਡੇ ਨਾਲ ਮੈਂ ਸਾਂਝੀ ਕਰ ਰਿਹਾ ਹਾਂ ਕੋਈ ਨਹੀਂ ਸਾਂਝੀ ਕਰਦਾ ਹੁੰਦਾ ਦੋਸਤੋ ਜਿਹੜੀ ਗੱਲ ਸੱਚੀ ਹੁੰਦੀ ਹੈ ਨਾ ਸੱਚ ਆ ਜਿਹੜਾ ਭਲਾ ਹੋਵੇ ਕਿਸੇ ਦੇ ਕੰਮ ਦਾ ਤੇ ਭਾ ਕਿਸੇ ਨੂੰ ਲੱਗਣ ਮਿਰਚਾਂ ਮੈਂ ਸਚਾਈ ਸਾਹਮਣੇ ਲਿਆ ਕੇ ਰੱਖਦਾ ਹੁੰਦਾ ਸਚਾਈ ਇਹ ਆ ਬਈ ਫਸ ਗਏ ਏਜੰਟ ਏਜੰਟ ਕਿਵੇਂ ਫਸ ਗਏ ਧਿਆਨ ਨਾਲ ਸੁਣਿਓ ਏਜੰਟ ਖਾਸ ਕਰਕੇ ਨਾਪੋਲੀ ਏਰੀਏ ਦੇ ਨਾਪੋਲੀ ਏਰੀਏ ਦੇ ਏਜੰਟ ਆ ਜਿਹੜੇ ਵਿੱਚ ਵਿਚ ਚਾਲੇ ਫਸ ਗਏ ਆ ਕਿਉਂ ਕਿਉਂਕਿ ਨਾਪੋਲੀ ਏਰੀਆ ਦੇ ਵਿੱਚ ਕਿਟਾ ਨਹੀਂ ਜਮਾ ਹੋ ਰਹੀਆਂ ਤੁਹਾਨੂੰ ਸਾਰਿਆਂ ਨੂੰ ਪਤਾ ਉਹ ਅਪਾਇੰਟਮੈਂਟਾਂ ਨਹੀਂ ਮਿਲ ਰਹੀਆਂ ਕਿਟਾ ਨਹੀਂ ਜਮਾ ਹੋ ਰਹੀਆਂ ਏਜੰਟ ਕਿਉਂ ਫਸਿਆ ਇੱਥੇ ਤਿੰਨ ਬੰਦੇ ਆ ਜਾਂਦੇ ਆ ਇੱਕ ਤਾਂ ਆ ਗਿਆ ਏਜੰਟ ਇੱਕ ਹੋ ਗਿਆ ਮਾਲਕ ਤੇ ਇੱਕ ਹੋ ਗਿਆ ਪਰਫਾ ਦੂਰਾ ਤਿੰਨ ਚੀਜ਼ਾਂ ਆਉਂਦੀਆਂ ਇਹਦੇ ਵਿੱਚ ਹੁਣ ਤੁਹਾਡੇ ਪੇਪਰ ਨਿਕਲੇ ਏਜੰਟ ਨੇ ਪੇਪਰ ਮਾਲਕ ਤੋਂ ਪ੍ਰਵਾਏ ਮਾਲਕ ਦੇ ਪੇਪਰ ਲੈ ਕੇ ਪ੍ਰਵਾਤੇ ਤੇ ਜਦੋਂ ਪੇਪਰ ਨਿਕਲੇ ਮਾਲਕ ਨੂੰ ਪੇਮੈਂਟ ਕਰਤੀ ਏਜੰਟ ਨੇ ਹਣਾਂ ਜਿੰਨੀ ਵੀ ਕਰਨੀ ਸੀਗੀ ਕਰਤੀ। ਮਾਲਕ ਦਾ ਕੰਮ ਖਤਮ ਆ। ਉਹ ਕਹਿੰਦਾ ਬਈ ਮਾਲਕ ਕਹਿੰਦਾ ਬਈ ਤੁਸੀਂ ਅਪਾਇੰਟਮੈਂਟ ਲਾਓ ਤੇ ਮੈਨੂੰ ਬੁਲਾ ਲਓ ਮੈਂ ਆ ਜਾਊਂਗਾ। ਚਲੋ ਮਾਲਕ ਨਿਕਲ ਗਿਆ ਉਹਦੇ ਪੈਸੇ ਲੈ ਕੇ। ਠੀਕ ਆ। ਹੁਣ ਏਜੰਟ ਨੇ ਤੁਹਾਡੇ ਨਾਲ ਗੱਲ ਕੀਤੀ ਆ ਬਈ ਪੇਪਰ ਜਮਾ ਕਰਾਊਗਾ। ਮਾਲਕ ਨਾਲ ਵੀ ਉਹਨੇ ਗੱਲ ਕੀਤੀ ਬਈ ਪੇਪਰ ਜਮਾ ਮਾਲਕ ਨੇ ਤਾਂ ਕਹਿਤਾ ਬਈ ਤੁਸੀਂ ਅਪਾਇੰਟਮੈਂਟ ਚੱਕੋ ਤੇ ਮੈਨੂੰ ਸੱਦ ਲਓ। ਪਰਫਾ ਤੂਰਾ ਵਿੱਚ ਫੇਰ ਆ ਗਿਆ ਫਸ ਗਿਆ ਪਰਫਾ ਤੂਰਾ ਅਪਾਇੰਟਮੈਂਟਾਂ ਨਹੀਂ ਦੇ ਰਿਹਾ ਹੁਣ ਪਰਫਾ ਤੂਰਾ ਜੇ ਪੁਣਪੈਣਾ ਨਹੀਂ ਦੇ ਰਿਹਾ ਇਹਦੇ ਵਿੱਚ ਫਸ ਗਿਆ ਫੇਰ ਏਜੰਟ ਜਿਹਨੇ ਤੁਹਾਨੂੰ ਬੁਲਾਇਆ ਹੁਣ ਮਾਲਕ ਨੇ ਚਲੋ ਮਾਲਕ ਨੂੰ ਤਾਂ ਪੈਸੇ ਦੇ ਕੇ ਏਜੰਟ ਨੇ ਜਿੰਨੇ ਉਹਨੇ ਕੀਤੇ ਸੀਗੇ ਅਦਬ ਚਦੇ ਆਵ ਰੱਖੇ ਅਦਬ ਚਦੇ ਉਹਨੂੰ ਦੇਤੇ ਮਾਲਕ ਦਾ ਗਿਆ ਸੈਟ ਤੇ ਪਰਫਾ ਤੂਰਾ ਜਦੋਂ ਅਪਾਇੰਟਮੈਂਟ ਦੇਊਗਾ ਉਦੋਂ ਏਜੰਟ ਨੇ ਅਪਾਇੰਟਮੈਂਟ ਚੱਕਣੀ ਆ ਹੁਣ ਫਸ ਗਿਆ ਫੇਰ ਏਜੰਟ ਏਜੰਟ ਇਸ ਕਰਕੇ ਫਸ ਗਿਆ ਕਿਉਂਕਿ ਪਰ ਆ ਫਾਜ਼ੂਰ ਅਪਾਇੰਟਮੈਂਟ ਨਹੀਂ ਦਿਦ ਰਿਆ ਮਾਲਕਾ ਜਿਹੜੇ ਸੀਗੇ ਮਾਲਕਾ ਦੇ ਪੈਸੇ ਲੈ ਕੇ ਪਾਸੇ ਹੋ ਗਏ ਉਹ ਕਹਿੰਦੇ ਵੀ ਜਦੋਂ ਅਪਾਇੰਟਮੈਂਟ ਹੋਈ ਸਾਨੂੰ ਸਾਥ ਲਿਓ ਅਸੀਂ ਨਾਲ ਤੁਹਾਡੇ ਚੱਲ ਜਾਾਂਗੇ ਤੇ ਇਹ ਇਸ ਕਰਕੇ ਜਿਹੜੇ ਫਸੇ ਪਏ ਆ ਨਾ ਪੋਲੀ ਦੇ ਏਜੰਟ ਇਹ ਆ ਸਚਾਈ ਜਿਹੜੀ ਕੋਈ ਨਹੀਂ ਦੱਸਦਾ ਹੁੰਦਾ ਤੁਹਾਨੂੰ ਅੱਗੇ ਸਰਕਸ ਵਾਲੇ ਪੇਪਰਾਂ ਤੇ ਸੈਟਿੰਗ ਸਰਕਸ ਵਾਲੇ ਪੇਪਰਾਂ ਤੇ ਸੈਟਿੰਗ ਇੱਕ ਕਮੈਂਟ ਆਇਆ ਸੀ ਮੇਰੇ ਵੀਰ ਦਾ ਬਹੁਤ ਵਧੀਆ ਕਮੈਂਟ ਸੀ ਦੋਸਤੋ ਸਭ ਕੁਝ ਹੋ ਜਾਂਦਾ ਹੈ ਕਰੀ ਤੁਸੀਂ ਇਟਲੀ ਪਹੁੰਚ ਜੋ ਠੀਕ ਆ ਮੁਸ਼ਕਲਾਂ ਤੰਗੀਆਂ ਤੇ ਵੇਟ ਇੰਤਜ਼ਾਰ ਸਾਰਿਆਂ ਨੂੰ ਕਰਨਾ ਪੈਂਦਾ ਭਾਵੇਂ 9 ਮਹੀਨੇ ਪੇਪਰਾਂ ਤੇ ਤੇ ਭਾਵੇਂ ਸੱਗਲੇ ਪੇਪਰਾਂ ਤੇ ਭਾਵੇਂ ਸਰਕਸ ਵਾਲੇ ਪੇਪਰਾਂ ਤੇ ਤੇ ਭਾਵੇਂ ਬੰਦਾ ਦਾ ਡੋਂਕੀ ਚ ਠੀਕ ਆ ਸਰਕਸ ਵਾਲੇ ਪੇਪਰਾਂ ਤੇ ਸਭ ਕੁਝ ਹੋ ਜਾਂਦਾ ਬਸ ਤੁਹਾਡੇ ਕੋਲ ਇੱਕ ਬੰਦਾ ਹੋਣਾ ਚਾਹੀਦਾ ਵਧੀਆ ਹੈਨਾ ਜਿਹਨੂੰ ਆਪਾਂ ਏਜੰਟ ਕਹਿੰਦੇ ਆ ਤੇ ਪਲੱਸ ਜੀਬ ਦੇ ਵਿੱਚ ਯੂਰੋ ਹੋਣੇ ਚਾਹੀਦੇ ਆ ਜੇਬ ਦੇ ਵਿੱਚ ਪੈਸਾ ਹੈਗਾ ਤੇ ਕੋਈ ਕੰਟਰੀ ਆ ਉਹ ਜਣੀ ਵੀ ਕੋਈ ਕੋਈ ਕੰਮ ਨਹੀਂ ਹੁੰਦਾਗਾ ਸਭ ਕੁਝ ਹੋ ਜਾਂਦਾ ਅੱਗੇ ਤੁਸੀਂ ਆਪ ਸਿਆਣੇ ਆ ਜਾਓ ਪੁਰਤਗਾਲ ਬਿਨਾ ਵੀਜੇ ਜਾਓ ਪੁਰਤਗਾਲ ਬਿਨਾ ਵੀਜੇ ਤੁਸੀਂ ਥੰਮ ਨਾਲ ਤੇ ਬਾਹਰ ਪੜਿਆ ਹੀ ਹੋਣਾ ਇਹ ਮੈਂ ਕਿਉਂ ਲਿਖਿਆ ਤੇ ਵੀਰ ਦਾ ਕਮੈਂਟ ਸੀਗਾ ਵੀ ਕਿਟਾਂ ਭਾਜੀ ਜਮਾ ਨਹੀਂ ਹੋਈ ਕਿਟ ਜਮਾ ਨਹੀਂ ਹੋएगी ਜੇ ਆਪਾਂ ਪੁਰਤਗਾਲ ਜਾਣਾ ਹੋਵੇ ਤਾਂ ਜਾ ਸਕਦੇ ਆ ਸੋ ਦੋਸਤੋ ਤੁਸੀਂ ਇਟਲੀ ਦੇ ਵਿੱਚ ਆ ਗਏ ਆ ਤੁਹਾਡੇ ਕੋਲੇ ਵੀਜ਼ਾ ਹੈਗਾ ਠੀਕ ਹੈ ਵੀਜ਼ੇ ਤੇ ਆਏ ਆ ਤੁਸੀਂ ਭਲਾ 5ਵੇਂ ਦਿਨ ਤੇ ਭਲਾ ਉਸੇ ਦਿਨੀ ਪੁਰਤਗਾਲ ਦੀ ਫਲੈਟ ਫੜੋ ਭਲਾ ਬੱਸ ਫੜੋ ਕਾ ਟ੍ਰੇਨ ਫੜੋ ਪੁਰਤਗਾਲ ਸਪੇਨ ਜਰਮਨ ਫਰਾਂਸ ਜਿੱਥੇ ਵੀ ਜਾਣਾ ਤੁਹਾਡੀ ਕੋਈ ਇਮੀਗ੍ਰੇਸ਼ਨ ਚੈੱਕ ਨਹੀਂ ਹੋਣੀਗੀ ਇਮੀਗ੍ਰੇਸ਼ਨ ਜੇ ਤੁਸੀਂ ਇਟਲੀ ਦੇ ਵਿੱਚ ਐਂਟਰ ਕਰ ਗਏ ਆ ਇਮੀਗ੍ਰੇਸ਼ਨ ਚੈੱਕ ਨਹੀਂ ਹੋਣੀਗੀ ਜੇਕਰ ਤੁਸੀਂ ਪੂਰੇ ਯੂਰਪ ਦੇ ਵਿੱਚ ਕਿਸੇ ਪਾਸੇ ਵੀ ਬਾਈ 에ਅਰ ਜਾਂਦੇ ਆ ਬਾਈ બસ ਜਾਣੇ ਆ ਬਾਈ ਟ੍ਰੇਨ ਜਾਣੇ ਆ ਬਾਈ ਟੈਕਸੀ ਜਾਣੇ ਕਿਤੇ ਨਹੀਂ ਇਮੀਗ੍ਰੇਸ਼ਨ ਚੈੱਕ ਹੋਣੀਗੀ ਤੁਹਾਡੇ ਕੋਲੇ ਕੱਲਾ ਆਪਾ ਬਾਈ 에ਅਰ ਜਾਣਾ ਹਾਂ ਬਾਈ 에ਅਰ ਜਾਣਾ ਤੁਹਾਡੇ ਕੋਲੇ ਟਰੈਵਲਿੰਗ ਡਾਕੂਮੈਂਟ ਹੁੰਦਾ ਇੱਕ ਪਾਸਪੋਰਟ ਉਹ ਹੋਣਾ ਜ਼ਰੂਰੀ ਆ ਉਹਦੇ ਨਾਲ ਪਲੱਸ ਬੋਰਡਿੰਗ ਪਾਸ ਉਹ ਤੁਸੀਂ ਬੋਰਡਿੰਗ ਪਾਸ ਉਹ ਤੇ 에ਅਰਪੋਰਟ ਤੇ ਆਟੋਮੈਟਿਕ ਮਸ਼ੀਨਾਂ ਵਿੱਚੋਂ ਵੀ ਕਢਾ ਸਕਦੇ ਆ ਆਨਲਾਈਨ ਵੀ ਬੋਰਡਿੰਗ ਹੋ ਜਾਂਦੀ ਆ ਠੀਕ ਆ ਇਹ ਤਾਂ ਜਿਵੇਂ ਆਪਣੇ ਸ਼ਹਿਰਾਂ ਦੇ ਵਿੱਚ ਬੱਸਾਂ ਦਾ ਕੰਮ ਨਹੀਂ ਬੱਸ ਸਟੈਂਡ ਤੇ ਜਾਓ ਜਿਹੜੀ ਮਰਜ਼ੀ ਬੱਸ ਫੜ ਲਓ ਟਿਕਟ ਲਓ ਬੱਸ ਫੜ ਲਓ ਉਹ ਕੰਮ ਹੁੰਦਾ ਤੇ ਜੇਕਰ ਕਿਸੇ ਨੇ ਆਊਟ ਆਫ ਕੰਟਰੀ ਤੋਂ ਐਂਟਰ ਕਰਨਾ ਉਹਦੀ ਇਮੀਗ੍ਰੇਸ਼ਨ ਹੁੰਦੀ ਆ ਬਾਕੀ ਤੁਸੀਂ ਇਟਲੀ ਦੇ ਵਿੱਚ ਆ ਗਏ ਤੁਸੀਂ ਜਾਣਾ ਪੁਰਤਗਾਲ ਤੁਸੀਂ ਜਾਣਾ ਸਪੇਨ ਤੁਸੀਂ ਜਾਣਾ ਫ੍ਰਾਂਸ ਜਿਹੜੇ ਮਰਜੀ ਕੰਟਰੀ ਦੇ ਵਿੱਚ ਜਾ ਸਕਦੇ ਆ ਹਾਂ ਉੱਥੇ ਜਾ ਕੇ ਜਾਂ ਉਸ ਤੋਂ ਪਹਿਲਾਂ 에어ਪੋਰਟ ਦੇ ਉੱਤੇ ਕਿਸੇ ਪਾਲਸਮ ਲਾ ਜਿਵੇਂ ਤੁਹਾਨੂੰ ਤੁਹਾਡੀ ਆਈਡੀ ਪੁੱਛ ਲਈ ਤੁਹਾਡੇ ਕੋਲ ਡਾਕੂਮੈਂਟ ਮੰਗ ਲਏ ਉਹ ਗੱਲ ਵੱਖਾ ਉਹ ਗੱਲ ਵੱਖਾ ਉੱਥੇ ਚੈਕਿੰਗ ਹੋ ਸਕਦੀ ਆ ਪਰਾਂ ਉਤੇ ਪਹੁੰਚ ਕੇ ਹੋ ਜੇ ਪਰਾਂ ਉਤੇ ਤੁਰੇ ਫਿਰਦਿਆਂ ਦੀ ਹੋ ਜੇ ਪ੍ਰਾਂਤ ਤੇ ਇਡਲੀ ਦੇ ਵਿੱਚ ਤੁਰੇ ਫਿਰਦਿਆਂ ਦੀ ਚੈਕਿੰਗ ਹੋ ਜੇ ਉਦੋਂ ਤੁਹਾਡੇ ਡਾਕੂਮੈਂਟ ਮੰਗ ਸਕਦੇ ਆ ਬਸ ਬਟ ਟਰੈਵਲਿੰਗ ਦੇ ਵਿੱਚ ਨਹੀਂ ਮੰਗਦੇ ਅੱਛਾ ਲਾਸਟ ਤੇ ਨੂਲੇ ਉਸਤਿਆਂ ਦੀ ਗੱਲ ਕਰਦੇ ਆ ਨੂਲੇ ਉਸਤੇ ਦੋਸਤੋ ਨੂਲੇ ਉਸਤਿਆਂ ਦੀ ਕਿਸੇ ਪਾਸਿਓਂ ਵੀ ਅੱਜ ਵੀ ਕੋਈ ਅਪਡੇਟ ਨਹੀਂ ਆ ਰਹੀ ਕੋਈ ਨੂਲਾ ਉਸਤਾ ਅੱਜ ਵੀ ਆਪਣੇ ਕੋਲੇ ਨਹੀਂ ਅਪਡੇਟ ਆਈ ਕਿਸੇ ਪਾਸਿਓਂ ਵੀ ਜਿਹਨੂੰ ਵੀ ਪੁੱਛੀਦਾ ਪੁੱਛਣਾ ਕਿ ਨੂੰ ਹੁੰਦਾ ਅਸੀਂ ਪੁੱਛਦੇ ਹੁੰਨੇ ਆ ਏਜੰਸੀਆਂ ਨੂੰ ਵਕੀਲਾਂ ਨੂੰ ਸਾਡਾ ਕੰਮ ਆ ਪੁੱਛਣਾ ਅਸੀਂ ਬੰਦੇਆਂ ਨੂੰ ਨਹੀਂ ਪੁੱਛਦੇ ਜਿਨ੍ਹਾਂ ਨੇ ਪੇਪਰ ਅਪਲਾਈ ਕੀਤੇ ਉਹਨਾਂ ਨੂੰ ਨਹੀਂ ਪੁੱਛਦੇ ਜਾਂ ਕਿਸੇ ਮਾਲਕ ਨੂੰ ਨਹੀਂ ਪੁੱਛਦੇ ਅਸੀਂ ਏਜੰਸੀਆਂ ਨੂੰ ਪੁੱਛਦੇ ਹਾਂ ਸਾਰੇ ਕਹਿੰਦੇ ਆ ਬਸੋਨੀਓ ਇਸ਼ਪੇਤਾਰੇ ਬਸੋਨੀਓ ਇਸ਼ਪੇਤਾਰੇ ਦਾ ਮਤਲਬ ਹੁੰਦਾ ਭਈ ਵੇਟ ਕਰੋ ਵੇਟ ਕਰ ਵੇਡ ਕਰਨੀ ਪੈਣੀ ਆ ਠੀਕ ਆ ਸੋ ਦੋਸਤੋ ਨੂਲੇ ਉਸ ਤੇ ਨਿਕਲਣਗੇ ਸਾਰਿਆਂ ਦੇ ਨਿਕਲਣਗੇ ਵੇਡ ਕਰਨੀ ਪੈਣੀ ਆ ਤੁਹਾਨੂੰ ਤੁਹਾਨੂੰ ਵੀ ਵੇਡ ਕਰਨੀ ਪੈਣੀ ਆ ਤੇ ਸਭ ਤੋਂ ਵੱਧ ਵੇਟ ਆ ਤੁਹਾਡੇ ਏਜੰਟ ਨੂੰ ਹੁੰਦੀ ਹੈ ਹਨਾ ਜਿਹਨੇ ਤੁਹਾਡਾ ਕੰਮ ਕਰਾਉਣਾ ਤੁਹਾਡਾ ਕੰਮ ਤਾਂ ਖਤਮ ਹੋ ਗਿਆ ਆਪਣੀ ਪਾਸਪੋਰਟ ਦੀ ਕਾਪੀ ਤੇ ਐਡਵਾਂਸ ਦਿੱਤਾ ਤੁਸੀਂ ਤੁਸੀਂ ਬਸ ਵੇਟ ਹੀ ਕਰ ਸਕਦੇ ਆ ਉਸ ਤੋਂ ਬਾਅਦ ਅਗਲਾ ਕੰਮ ਤੁਹਾਡੇ ਏਜੰਟ ਦਾ ਜਿਹਨੇ ਨੂਲਾਸਤਾ ਕਢਵਾ ਕੇ ਤੁਹਾਡੇ ਤੱਕ ਪਹੁੰਚਦਾ ਕਰਦਾ ਉਹਨੂੰ ਸਭ ਤੋਂ ਵੱਧ ਜਲਦੀ ਆ ਕਿਉਂਕਿ ਜੇ ਉਹ ਤੁਹਾਡਾ ਨੂਲਾਸਤਾ ਕਢਾ ਕੇ ਦਿੰਦਾ ਮਤਲਬ ਜਦੋਂ ਵੀ ਆਉਂਦਾ ਕਢਾ ਕੇ ਨਹੀਂ ਦਿੰਦਾ ਕਢਾ ਕੇ ਕੋਈ ਨਹੀਂ ਦੇ ਸਕਦਾ ਮਤਲਬ ਜੇ ਪਕਾਇਦੀ ਹੈ ਨਾ ਵੀ ਕੋ ਕੜਵਾ ਕੇ ਦਊਗਾ ਕੜਵਾ ਕੇ ਕੋਈ ਨਹੀਂ ਦੇ ਸਕਦਾ ਵੇਟ ਕਰਨ ਦਾ ਫਾਇਦਾ ਵੇਡ ਕਰਨ ਦੇ ਨਾਲ ਜਦੋਂ ਵੀ ਨੂੰ ਲੋਟਾਂ ਦਾ ਤੁਹਾਡੇ ਤੱਕ ਜਿੰਨੀ ਛੇਦੀ ਪਹੁੰਚਦਾ ਉਹਨੇ ਉਹਦੀ ਮਾਰਕੀਟ ਵਧੂਗੀ ਏਜੰਟ ਦੀ ਠੀਕ ਹੈ ਸੋ ਸਾਰੇ ਵੇਟ ਕਰ ਰਹੇ ਆ ਜਦੋਂ ਵੀ ਪੇਪਰ ਜੀ ਦੇ ਜਿਵੇਂ ਜਿਵੇਂ ਨਿਕਲੇ ਤੇ ਤੁਹਾਡੇ ਨਾਲ ਸਾਂਝੇ ਕਰਦੇ ਰਾਵਾਂਗੇ ਫਿਰ ਹਾਲ ਅਜੇ ਫੁੱਲ ਸਟਾਪ ਤਕਰੀਬਨ ਲਾ ਰੱਖਿਆ ਜਿਹੜੇ ਪਹਿਲਾਂ ਦੇ ਨਿਕਲੇ ਪਿਛਲੇ 6 ਜਨਵਰੀ ਦੇ ਨਿਕਲੇ ਆ ਜਾਂ ਉਸ ਤੋਂ ਬਾਅਦ ਇੱਕ ਤਰੀਕ ਨੂੰ ਨਿਕਲੇ ਸੀਗੇ ਉਹ ਹੌਲੀ ਹੌਲੀ ਮਿਲ ਰਿਹਾ ਇਹ ਨਹੀਂ ਵੀ ਸਾਰਿਆਂ ਦੇ ਪੇਪਰ ਨਿਕਲ ਗਏ ਨਹੀਂ ਕਿਸੇ ਪਾਸਿਓਂ ਵੀ ਕਿਸੇ ਪਾਸਿਓਂ ਵੀ ਤੁਸੀਂ ਐ ਵੇਖੋਗੇ ਵੀ ਕੋਈ ਅਪਡੇਟ ਨਹੀਂ ਆ ਰਹੀ ਸੋ ਦੋਸਤੋ ਇਹ ਸੀ ਮੇਨ ਮੇਨ ਅਪਡੇਟ ਮੇਨ ਮੇ ਜਾਣਕਾਰੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਰੱਬ ਰੱਖਾ